ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਹਾਨੂੰ ਪਤਾ ਹੈ ਕਾਮਯਾਬ ਤੇ ਨਾਕਾਮਯਾਬ ਇਨਸਾਨ ਵਿੱਚ ਬਸ ਇਨਾ ਕੋ ਫਰਕ ਹੁੰਦਾ ਕਿ ਕਾਮਯਾਬ ਮਨੁੱਖ ਨੂੰ ਪਤਾ ਹੁੰਦਾ ਵੀ ਉਹਨੇ ਆਪਣੇ ਪੈਸੇ ਤੇ ਸਮੇਂ ਨੂੰ ਕਿੱਥੇ ਲਾਉਣਾ ਤੇ ਦੂਜੇ ਪਾਸੇ ਨਾਕਾਮਯਾਬ ਮਨੁੱਖ ਨੂੰ ਇਹ ਕਲ ਕਦੇ ਵੀ ਸਮਝ ਨਹੀਂ ਆਉਂਦੀ ਇਸ ਲਈ ਉਹ ਇਸ ਨੂੰ ਗਲਤ ਪਾਸੇ ਲਾ ਬੈਠਦੇ ਨੇ ਇੱਕ ਵਾਰ ਇੱਕ ਮਨੁੱਖ ਕਿਤੇ ਜਾ ਰਿਹਾ ਸੀ ਉਹਨੂੰ ਰਸਤੇ 'ਚ ਕਿਸੇ ਨੇ ਕਿਹਾ ਕਿ ਮੇਰੇ ਲਈ ਕੁਝ ਬਣਾ ਕੋਈ ਤਸਵੀਰ ਜਾਂ ਕੁਝ ਵੀ। ਉਹ ਉਸਦੇ ਪਿੱਛੇ ਪੈ ਗਿਆ ਤਾਂ ਮਨੁੱਖ ਨੇ ਆਪਣੇ ਕਮੀਜ਼ ਵਿੱਚੋਂ ਇੱਕ ਕਾਗਜ਼ ਬਾਹਰ ਕੱਢਿਆ ਸੀ ਉਸ ਤੇ ਬੜੀ ਸੋਹਣੀ ਤਸਵੀਰ ਤੇ ਫੋਟੋ ਬਣਾ ਦਿੱਤੀ ਤੇ ਕਿਹਾ ਆ ਲੋ ساری ਜ਼ਿੰਦਗੀ ਦੀ ਪੂੰਜੀ ਉਹ ਜੋ ਔਰਤ ਸੀ ਜਿਸ ਨੇ ਜਿੱਦ ਕੀਤੀ ਸੀ ਉਹ ਹੈਰਾਨ ਹੋ ਗਈ। ਫਿਰ ਉਹ ਬਾਜ਼ਾਰ ਗਈ ਜਾ ਕੇ ਉੱਥੇ ਪਤਾ ਕੀਤਾ ਤਾਂ ਸੱਚ ਵਿੱਚ ਉਸਦੀ ਕੀਮਤ ਕਰੋੜਾਂ ਦੀ ਸੀ। ਉਹ ਭੱਜ ਕੇ ਓਮਨੁਕ ਕੋਲ ਵਾਪਸ ਆਈ ਕਹਿੰਦੀ ਪੀ ਮਿੰਨੂ ਤੋਂ ਇਹ ਕਿਵੇਂ ਖੜੇ ਖਲੋਤੇ ਇੰਨੀ ਮਹਿੰਗੀ ਫੋਟੋ ਬਣਾ ਦਿੱਤੀ ਤੁਸੀਂ ਮਿੰਨੂ ਵੀ ਇਹ ਸਿਖਾ ਦਿਓ ਤਾਂ ਕਿ ਮੈਂ ਵੀ ਇਹ ਫੋਟੋ ਚੱਟ ਬਣਾ ਸਕਾਂ ਤਾਂ ਓਮਨੁਕ ਅੱਗੋਂ ਹੱਸ ਕੇ ਕਹਿੰਦਾ ਮੈਂ ਇਹ ਕਲਾ ਸਿੱਖ ਲਈ ਆਪਣੀ ਜ਼ਿੰਦਗੀ ਦੇ 20 ਸਾਲ ਬਿਨਾ ਦਿਨ ਤੇ ਰਾਤ ਵੇਖੇ ਲਾਇਨੇ ਤੇ ਅੱਜ ਮੈਂ ਇਸ ਕਾਬਿਲ ਬਣਿਆ ਤੇ ਜੋ ਵੀ ਕਿਸੇ ਮੰਜ਼ਿਲ ਤੱਕ ਪਹੁੰਚਣਾ ਚਾਹੁੰਦਾ ਹੈ ਉਥੇ ਦਿਨ ਰਾਤ ਬਿਨਾ ਵੇਖੇ ਮਿਹਨਤ ਕਰਦਾ ਹੈ ਉਹਨੋ ਸਭ ਹਾਸਲ ਹੋ ਸਕਦਾ ਹੈ ਜੋ ਚੁੰਦ ਬਸ ਬਿਨਾ ਰੁਕੇ ਤੁਸੀਂ ਚੱਲਦੇ ਰਹੋ ਤੁਸੀਂ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚੋਗੇ ਆਪਣੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਪੋ ਤੇ ਮਾਗ ਮਹੀਨੇ ਵਿੱਚ ਕਛੂ ਕੁੰਮੇ ਜੋ ਹੁੰਦੇ ਨੇ ਉਸ ਸਮੁੰਦਰ ਦੇ ਕੰਡੇ ਨਿਕਲ ਕੇ ਆਂਡੇ ਦੇ ਨਾਉਂਦੇ ਨੇ ਉੱਥੇ ਥਾਂ ਡੂੰਗੀ ਕਰਕੇ ਤੇ ਆਂਡੇ ਦੇ ਕੇ ਚਲੇ ਜਾਂਦੇ ਉਸ ਤੋਂ ਬਾਅਦ ਪੂਰਾ ਇੱਕ ਮਹੀਨਾ ਬਾਅਦ ਉਹਨਾਂ ਵਿੱਚੋਂ ਬੱਚੇ ਬਾਹਰ ਆਉਂਦੇ ਕਿ ਉਹ ਜੋ ਬੱਚੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਕਿੱਥੇ ਜਾਣਾ ਤੇ ਕੀ ਕਰਨਾ ਹੈ ਹੁਣ ਇਸ ਲਈ ਉਹ ਚੰਨ ਦੀ ਰੋਸ਼ਨੀ ਨੂੰ ਵੇਖਦੇ-ਵੇਖਦੇ ਆਪਣਾ ਰਾਹ ਲੱਭ ਲੈਂਦੇ ਨੇ ਤੇ ਸਮੁੰਦਰ ਦੇ ਕੰਡੇ ਪਹੁੰਚ ਜਾਂਦੇ ਪਰ ਹੁਣ ਕੀ ਹੋਇਆ ਵੀ ਸਮੁੰਦਰ ਦੇ ਕੰਡੇ ਹੁਣ ਵੱਖ-ਵੱਖ ਤਰ੍ਹਾਂ ਦੀਆਂ ਇਮਾਰਤਾਂ ਬਣ ਗਈਆਂ ਨੇ ਤੇ ਉੱਥੇ ਉਹਨਾਂ ਦੀ ਚਕਾ ਚੌਂਦ ਰੋਸ਼ਨੀ ਵੇਖ ਉਹ ਉਧਰ ਵਾਲ ਨੂੰ ਭਜਦੇ ਕਿਉਂਕਿ ਉਹਨਾਂ ਨੂੰ ਨਾ ਤਾਂ ਚੰਨ ਦੇ ਚਾਨਣ ਦਾ ਪਤਾ ਹੁੰਦਾ ਤੇ ਨਾ ਹੀ ਇਮਾਰਤਾਂ ਦੇ ਚਾਨਣ 'ਚ ਫਰਕ ਕਰਨਾ ਜਾਣਦੇ ਨੇ ਇਸ ਲਈ ਆਪਣਾ ਵਿਚਾਰੇ ਰਾਹ ਜਿਹੜਾ ਨੇ ਓਪੋਲ ਜਾਂਦੇ ਕਦੇ ਵੀ ਆਪਣੀ ਫਿਰ ਮੰਜ਼ਲ ਨਹੀਂ ਮੰਜ਼ਲ ਤੇ ਨਾ ਪਹੁੰਚ ਹੀ ਨਹੀਂ ਪਾਉਂਦੇ ਤੇ ਪਤਾ ਹੈ ਹੈਰਾਨੀ ਦੀ ਗੱਲ ਕੀ ਹੈ ਆਪਣੇ ਮਨੁੱਖਾਂ ਨਾਲ ਵੀ ਅੱਜ ਐਵੇਂ ਹੋ ਰਿਹਾ ਆਪਾਂ ਵੀ ਆਪਣੇ ਜੀਵਨ ਦੇ ਸਹੀ ਰਸਤੇ ਦੀ ਚਮਕ-ਦਮਕ ਪਿੱਛੇ ਭੱਜਦੇ ਕਿ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਗਲਤ ਹੈ ਤੇ ਕਿਹੜਾ ਸਹੀ ਰਾਹ ਤੇ ਜਦੋਂ ਤੱਕ ਪਤਾ ਲੱਗਦਾ ਉਦੋਂ ਤੱਕ ਉਮਰ ਲੰਘ ਜਾਂਦੀ ਫਿਰ ਅਫਸੋਸ ਕਰਨ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਲੱਭਦਾ ਕਿਉਂਕਿ ਉਦੋਂ ਤੱਕ ਸਭ ਕੁਝ ਬਦਲ ਗਿਆ ਹੁੰਦਾ ਹੈ ਇਸ ਲਈ ਕੁਝ ਗੱਲਾਂ ਨੇ ਜੋ ਉਮਰ ਲੰਘਣ ਤੋਂ ਪਹਿਲਾਂ ਪਤਾ ਲਗਣੀਆਂ ਚਾਹੀਦੀਆਂ ਨੇ ਨਹੀਂ ਤਾਂ ਆਪਾਂ ਵੀ ਗਲਤ ਰਾਹ 'ਤੇ ਆਪਣੀ ਜ਼ਿੰਦਗੀ ਖਰਾਬ ਕਰ ਬੈਠਾਂਗੇ ਇਹ ਗੱਲ ਹਮੇਸ਼ਾ ਯਾਦ ਰੱਖੋ ਕਾਮਯਾਬੀ ਉਦੋਂ ਹੀ ਮਿਲਦੀ ਹੈ ਜਦੋਂ ਆਪਾਂ ਖੁਦ ਨੂੰ ਉਸ ਦੇ ਕਾਬਿਲ ਬਣਾਵਾਂਗੇ ਜਦੋਂ ਆਪਣੇ ਅੰਦਰ ਗੁਣ ਪੈਦਾ ਕਰਾਂਗੇ ਜਿਵੇਂ ਬੱਚਾ ਛੋਟਾ ਹੁੰਦਾ ਉਹਨੂੰ ਤੁਰਨਾ ਫਿਰਨਾ ਆਉਂਦਾ ਜਿਵੇਂ ਵੱਡਾ ਹੁੰਦਾ ਉਹ ਪੱਜਦਾ ਫਿਰਦਾ ਹੁਣ ਦੱਸੋ ਕਿ ਧਰਤੀ ਬਦਲੀਏ ਨਹੀਂ ਨਾ ਸਥਿਤੀ ਬਦਲੀ ਬਸ ਉਹ ਜਵਾਕ ਆਪਣੇ ਆਪ ਨੂੰ ਧਰਤੀ ਤੇ ਤੁਰਨ ਲਈ ਪ੍ਰੇਰਜੇ ਜੇ ਜਵਾਕ ساری ਉਮਰ ਸਹਾਰੇ ਪਾਲਦਾ ਤੇ ਉਹਨੇ ਕਰਦੀ ਤੁਰ ਪਉਣਾ ਹੀ ਨਹੀਂ ਸੀ ਇਸੀ ਸਫਲਤਾ ਉਦੋਂ ਹੀ ਮਿਲਦੀ ਹੈ ਜਦੋਂ ਆਪਾਂ ਆਪਣੇ ਆਪ ਨੂੰ ਉਸ ਦੇ ਕਾਬਿਲ ਬਣਾਉਣੇ ਇਹ ਜੋ ਜੀਵਨ ਹੈ ਨਾ ਬڑا ਛੋਟੇ ਇਸ ਲਈ ਉਹ ਕੁਝ ਕਰੋ ਜੋ ਤੁਹਾਨੂੰ ਖੁਸ਼ੀ ਦੇ ਜਾਂ ਜੋ ਚੀਜ਼ ਤੁਹਾਡੇ ਲਈ ਮਾਇਨੇ ਰੱਖਦੀ ਜੋ ਤੁਹਾਡੇ ਲਈ ਜ਼ਰੂਰੀ ਹੈ ਨਹੀਂ ਤਾਂ ਜ਼ਿੰਦਗੀ ਦੇ ਆਖਰੀ ਪੜਾਹ ਤੱਕ ਆਪਾਂ ਕਹਾਂਗੇ ਕਿ ਕੁਝ ਨਹੀਂ ਕਰ ਸਕੇ ਇਸ ਲਈ ਉਹ ਕਰੋ ਜੋ ਤੁਹਾਨੂੰ ਖੁਸ਼ੀ ਦੇ ਬਦਾਰੁਦਾ ਕੰਮ ਨਾ ਕਰੋ ਤੁਹਾਨੂੰ ਪਤਾ ਹੈ ਜਿੰਨੇ ਕਾਮਯਾਬ ਮਨੁੱਖ ਹੋਏ ਨੇ ਸਭ ਵਿੱਚ ਜ਼ਿਆਦਾ ਤੋਂ ਜ਼ਿਆਦਾ ਗਿਆਨ ਨੂੰ ਇਕੱਠਾ ਕਰਨ ਦੀ ਭਾਵਨਾ ਹੁੰਦੀ ਪਰ ਉਹ ਇਹ ਵੀ ਜਾਣਦੇ ਹੈ ਕਿ ਇਸ ਗਿਆਨ ਦੀ ਵਰਤੋਂ ਕਰਨੀ ਵੀ ਉਹਨੂੰ ਆਉਣੀ ਚਾਹੀਦੀ ਆਪਾਂ ਗਿਆਨ ਤਾਂ ਇਕੱਠਾ ਕਰ ਸਕਦੇ ਹਾਂ ਪਰ ਜੇ ਵਰਤਨਾ ਨਹੀਂ ਆਉਂਦਾ ਤਾਂ ਕਿਸੇ ਕੰਮ ਦਾ ਨਹੀਂ ਇਸ ਲਈ ਗਿਆਨੀ ਵੀ ਬਣੋ ਤੇ ਸੁਣ ਵਰਤੋ ਤੇ ਵੰਡੋ ਵੀ ਆਪਣੇ ਆਪ ਵਿੱਚ ਅਨੁਸ਼ਾਸਨ ਪੈਦਾ ਕਰੋ ਘੱਟ ਬੋਲੋ ਜ਼ਿਆਦਾ ਸੁਣੋ ਲੋੜ ਮੁਤਾਬਕ ਖਾਓ ਜਿੰਨੀ ਲੋੜ ਹੈ ਉਹਨੇ ਹੀ ਖਰਚੋ ناکامی ਆਪੀ ਦਾ ਨਾ ਮਤਲਬ ਇਹ ਨਹੀਂ ਵੀ ਤੁਸੀਂ ਕੁਝ ਕਰ ਨਹੀਂ ਸਕਦੇ ਇਸ ਦਾ ਭਾਵ ਇਹ ਹੈ ਕਿ ਅੱਗੇ ਵਧੋ ਗਲਤੀ ਤੋਂ ਸਿੱਖੋ ਤੇ ਅੱਗੇ ਕਦਮ ਵਧਾਓ ਕਾਮਯਾਬੀ ਹਮੇਸ਼ਾ ਆਪਣੀ ਮਿਹਨਤ ਨਾਲ ਆਉਂਦੀ ਨਾ ਕਿ ਪੈਸੇ ਜਾਂ ਕਿਸਮਤ ਨਾਲ ਕਾਮਯਾਬੀ ਗੁਣਾ ਨਾਲ ਆਵੇਗੀ ਜੇ ਲੋਕ ਤੁਹਾਨੂੰ ਕੁਝ ਬੋਲਦੇ ਨੇ ਤਾਂ ਸਮਝਾਓ ਤੁਸੀਂ ਕਾਮਯਾਬੀ ਦੀ ਰਾਹ 'ਤੇ ਹੋ ਕਿਉਂਕਿ ਲੋਕ ਉਹਨਾਂ ਹੀ ਗੱਲਾਂ ਕਰਦੇ ਨੇ ਜਿਸ ਵਿੱਚ ਕਾਮਯਾਬੀ ਹਾਸਲ ਕਰਨ ਦੀ ਤਾਕਤ ਹੁੰਦੀ ਹੈ ਕਾਮਯਾਬ ਹੋਣਾ ਤਾਂ ਹਮੇਸ਼ਾ ਜੋ ਚੀਜ਼ ਤੁਹਾਡੀ ਤਾਕਤ ਬਣਦੀ ਹੈ ਉਸਤੇ ਵੱਧ ਧਿਆਨ ਦਿਓ ਜਦੋਂ ਵੀ ਕੋਈ ਮੁਸੀਬਤ ਆਵੇ ਤੇ ਘਬਰਾਉਣਾ ਵਾਈਗ੍ਰੂਦਾ ਨਾਮ ਲੈ ਕੇ ਡਟ ਕੇ ਮੁਕਾਬਲਾ ਕਰੋ ਕਿਉਂਕਿ ਐਵੇਂ ਦੀ ਸਥਿਤੀ ਸਾਨੂੰ ਦੱਸਦੀ ਹੈ ਕਿ ਸਾਡੇ ਵਿੱਚ ਕਿੰਨੀ ਤਾਕਤ ਹੈ ਤੇ ਕੋਈ ਵੀ ਚੀਜ਼ ਪੂਰੀ ਨਹੀਂ ਹੁੰਦੀ। ਮਨੁੱਖ ਆਪਣੀਆਂ ਗਲਤੀਆਂ ਤੋਂ ਹੀ ਸਿੱਖਦਾ ਹੈ ਤੇ ਅੱਗੇ ਵੱਧੇ। ਸੁਪਨੇ ਵੱਡੇ ਵੇਖੋ ਪਰ ਹਮੇਸ਼ਾ ਛੋਟੀ ਚੀਜ਼ ਤੋਂ ਸ਼ੁਰੂਆਤ ਕਰੋ। ਜਦੋਂ ਆਪਾਂ ਛੋਟੀ ਚੀਜ਼ ਵਿੱਚ ਸਫਲ ਹੋ ਜਾਵਾਂਗੇ ਆਪੇ ਵੱਡੀਆਂ ਚੀਜ਼ਾਂ ਵੀ ਸਫਲਤਾ ਆਪਣਾ ਉਹਨਾਂ 'ਚ ਵੀ ਮਿਲੇਗੀ। ਆਪਣੇ ਆਪ ਨੂੰ ਇੱਕ ਘੇਰੇ ਵਿੱਚ ਨਾ ਰੱਖੋ ਕਿ ਇਸ ਜਮੇ ਸੁਰੱਖਿਆਤਾ ਤੇ ਚਲੋ ਇੱਥੇ ਹੀ ਰਹਿ ਜਾਈਏ। ਆਰਾਮ ਦੀ ਜ਼ਿੰਦਗੀ ਤੋਂ ਵੀ ਬਾਹਰ ਨਿਕਲੋ। ਆਪਾਂ ਜਿਵੇਂ ਦੇ ਲੋਕਾਂ ਨਾਲ ਰਹਿੰਦੇ ਆ ਆਪਣੀ ਸੋਚ ਵੀ ਫਿਰ ਉਮੀਦੀ ਹੋ ਜਾਂਦੀ ਤੇ ਜੇ ਆਪਣੇ ਕੋਲ ਗਲਤ ਸੰਗਤ ਵਾਲੇ ਲੋਕ ਰਹਿੰਦੇ ਨੇ ਤਾਂ ਆਪਣੇ ਤੇ ਵੀ ਉਮੀਦਾਈ ਪ੍ਰਭਾਵ ਪੈਂਦਾ ਇਸ ਲਈ ਆਪਣੀ ਸੰਗਤ ਵੇਖ ਪਰ ਕੇ ਚਣੋ ਆਪਾਂ ਕੰਮ ਕਰਦੇ ਆ ਇਹ ਜ਼ਰੂਰੀ ਨਹੀਂ ਵੀ 10 ਘੰਟੇ ਕੀਤਾ 12 ਜ਼ਰੂਰੀ ਇਹ ਹੈ ਵੀ ਆਪਾਂ ਉਸ ਕੰਮ ਨੂੰ ਕਿੰਨੇ ਧਿਆਨ ਨਾਲ ਕੀਤਾ ਵੇਖੋ ਜਿਵੇਂ ਕੋਈ ਚੀਜ਼ 10 ਜਣਿਆਂ ਨੂੰ ਦੱਸਦੇ ਸੁਣ ਤਾਂ 10 ਦੇ 10 ਹੀ ਰਹੇ ਨੇ ਪਰ ਅਮਲ ਵਿੱਚ ਉਹਦੇ 'ਚ ਧਿਆਨ ਕੌਣ ਦੇ ਕੇ ਸੁਣ ਰਿਹਾ ਅਮਲ ਕੌਣ ਕਰ ਰਿਹਾ ਇਹ ਫਰਕ ਪੈਂਦਾ ਆਪਣੇ ਕੋਲ ਛੋਟੀ ਜਿਹੀ ਇੱਕ ਜ਼ਿੰਦਗੀ ਇਸ ਲਈ ਇਹਨੂੰ ਬੇਕਾਰ ਦੀਆਂ ਸੋਚਾਂ ਵਿੱਚ ਨਾ ਬਰਬਾਦ ਕਰੋ ਲੋਕਾਂ ਦੇ ਰੋਲੇ ਵਿੱਚ ਆਪਣੇ ਆਪ ਨੂੰ ਨਾ ਭੁੱਲ ਜਾ ਸਮਾਂ ਕਦੋਂ ਲੰਘ ਜਾਣਾ ਪਤਾ ਵੀ ਨਹੀਂ ਲੱਗਦਾ ਜੇ ਐਵੇਂ ਹੀ ਆਪਾਂ ਆਪਣਾ ਸਮਾਂ ਗਵਾਉਂਦੇ ਰਹੇ ਐਵੇਂ ਕੱਲ ਕਰਾਂਗੇ ਟਾਲਮਟੋਲ ਕਰਦੇ ਰਹੇ ਆਪਣੇ ਅੰਦਰੋਂ ਤੁਹਾਨੂੰ ਲੱਗੇਗਾ ਮੈਂ ਤਾਂ ਜ਼ਿੰਦਗੀ ਦੇ ਵਿੱਚ ਕੁਝ ਕੀਤਾ ਹੀ ਨਹੀਂ ਜੇ ਆਪਾਂ ਐਵੇਂ ਹੀ ਆਪਣਾ ਜੀਵਨ ਗਵਾ ਦਿੱਤਾ ਤਾਂ ਆਪਣੇ ਜੀਵਨ ਵਿੱਚ ਪਿੱਛੇ ਨਾ ਕੁਝ ਨਹੀਂ ਰਹਿਣਾ ਆਪਾਂ ਚਾਹੀਦਾ ਵੀ ਹਰੇਕ ਮੁਸ਼ਕਿਲ ਤੇ ਨਾ ਮਮਕਨ ਕੰਮ ਨੂੰ ਕਰ ਸਕਦੇ ਆਪਾਂ ਵਾਹਿਗੁਰੂ ਦਾ ਸਾਥ ਲੈ ਕੁਝ ਵੀ ਕਰ ਸਕਦੇ ਆਪਾਂ ਆਪਣੇ ਭਾਗ ਕਿਵੇਂ ਬਣਾਉਣੇ ਉਸ ਤੇ ਸਿਰਫ ਆਪਣਾ ਹੱਕ ਹੈ ਫਿਰ ਭਾਵੇਂ ਚੰਗਾ ਬਣਾ ਲਓ ਭਾਵੇਂ ਮਾੜਾ ਆਪਣੇ ਅੰਦਰ ਬਹੁਤ ਤਾਕਤ ਹੈ ਆਪਾਂ ਬਹੁਤ ਕੁਝ ਕਰ ਸਕਦੇ ਆ ਫਿਰ ਵੀ ਆਪਾਂ ਡਰਦੇ ਰਹਿੰਦੇ ਆ ਦੱਸੋ ਕਿਉਂ ਆਪਾਂ ਨੂੰ ਸਹਾਰਿਆਂ ਦੀ ਲੋੜ ਕਿਉਂ ਪੈਂਦੀ ਹੈ ਆਪਾਂ ਕਿਉਂ ਦੂਜਿਆਂ ਦਾ ਹਮੇਸ਼ਾ ਸਹਾਰਾ ਲੱਭਦੇ ਵੀ ਉਹ ਹੋਵੇ ਤਾਂ ਮੈਂ ਇਹ ਕਰਾਂ ਇਹ ਆਦਤ ਕਦੋਂ ਛੱਡਣੀ ਆਪਣੇ ਅੰਦਰ ਦੀ ਆਵਾਜ਼ ਨੂੰ ਪਹਿਲ ਦੇਵੋ ਉਹ ਕਰੋ ਜਿਸ ਵਿੱਚ ਤੁਹਾਡਾ ਮਨ ਲੱਗੇ ਆਪਣੇ ਕੋਲ ਇੱਕ ਹੀ ਐਵੇਂ ਦੀ ਚੀਜ਼ ਹੈ ਜੋ ਆਪਾਂ ਨੂੰ ਹਮੇਸ਼ਾ ਅੱਗੇ ਵਧਣ ਦਾ ਹੌਸਲਾ ਦੇਵੇਗੀ ਉਹ ਹੈ ਆਪਣਾ ਜਿਹੜਾ ਕੰਮ ਤੇ ਕੰਮ ਦੇ ਨਾਲ ਪਿਆਰ ਤੁਹਾਡਾ ਕੰਮ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੋਣਾ ਚਾਹੀਦਾ ਜੋ ਐਸਾ ਕੁਝ ਅਜੇ ਨਹੀਂ ਲੱਭਿਆ ਤਾਂ ਉਸ ਨੂੰ ਸਰਚ ਕਰੋ ਖੋਜੋ ਉਸ ਨੂੰ ਜਦੋਂ ਆਪਾਂ ਆਪਣੇ ਕੰਮ ਨਾਲ ਪਿਆਰ ਕਰਾਂਗੇ ਅੱਗੇ ਵਧ ਜਾਵਾਂਗੇ ਤਾਂ ਆਪਾਂ ਕਦੇ ਵੀ ਥੱਕਾਂਗੇ ਨਹੀਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਵੇਲੇ ਨਾਮ ਦਿੱਤਾ ਸਿੱਖ ਭਾਵ ਹਮੇਸ਼ਾ ਸਿੱਖਦੇ ਰਹਿਣ ਵਾਲਾ ਆਪਣੇ ਅੰਤਿਮ ਸਵਾਸ ਤੱਕ ਸਿੱਖਦੇ ਰਹਿਣ ਵਾਲਾ ਸਿੱਖਣ ਲਈ ਹਮੇਸ਼ਾ ਤਿਆਰ ਰੋ ਜੋ ਹਰ ਸਮੇਂ ਸਿੱਖਦਾ ਉਹ ਹੀ ਜ਼ਿੰਦਗੀ 'ਚ ਆਪਣੀ ਮੰਜ਼ਿਲ ਤੱਕ ਪਹੁੰਚਦਾ ਤੇ ਉਹ ਮਨੁੱਖ ਹਮੇਸ਼ਾ ਕਾਮਯਾਬ ਹੁੰਦਾ ਫਿਰ ਇਹ ਗੱਲ ਨੂੰ ਧਿਆਨ ਵਿੱਚ ਰੱਖ ਕੇ ਜ਼ਿੰਦਗੀ ਦੇ ਨਿਯਮ ਬਣਾਓ ਅੱਗੇ ਵਧਦੇ ਜਾ